ਅੱਜ ਅਸੀਂ ਆਏ ਆਪਣੇ ਸਕੂਲ ਸਟਾਰਟਿੰਗ ਤੋਂ ਲੈ ਕੇ ਆਏ ਹਾਂ ਦਿਖਾਉਂਦੇ ਹਾਂ ਤੁਹਾਨੂੰ ਸਾਰਾ 6ਵੀਂ ਤੋਂ ਲੈ ਕੇ 12ਵੀਂ ਤੱਕ ਤਾਂ ਅਸੀਂ ਪੜ੍ਹੇ ਹਾਂ ਆਫਟਰ ਲੌਂਗ ਟਾਈਮ ਇੱਕ ਸਾਡਾ ਵੇਲੀ ਆ ਵੀ ਸੀ ਇਹ ਇਹ 10th ਤੇ 11ਵੀਂ 12ਵੀਂ ਚਲੋ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਟਾ 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 ਯਾਦਾਂ ਤਾਜ਼ੀਆਂ ਹੋ ਗਈਆਂ ਬਾਕੀ ਉਹ ਇਹ ਬੜਾ ਚੋਤੀਆਂ ਹੁੰਦਾ ਸੀ ਗਾਈਸ ਮੈਂ ਤਾਂ ਬਹੁਤ ਜ਼ਿਆਦਾ ਪਹਿਲੀ ਕਲਾਸ ਜਿੱਥੇ ਸੀ NCC ਰੱਖੀ ਸੀ ਨਾ ਮੈਂ ਦੁਬਾਰ ਜਾਣ ਲੱਗਿਆ ਨਾ ਸਾਨੂੰ ਬਹੁਤ ਗਰਲ ਸਕੂਲ ਹੈਗਾ ਸੀ ਇੱਥੇ ਸਾਡਾ ਗਰਲ ਸਕੂਲ ਹੈ ਹਾਂ ਇੱਥੇ ਕੁਰਸੀਆਂ ਚੱਕ ਲੈ ਜਾਣਾ ਪੈਂਦਾ ਆਹ ਸਾਡਾ NCC ਰੂਮ ਨਜ਼ਰ ਇੱਥੇ ਰੱਖਦਾ NCC ਰੂਮ ਇਹ ਸਾਡਾ 6th ਕਲਾਸ ਆਹ ਸੀ ਹਾਂ ਆਹ ਹੈਗੀ ਸੀ ਸਾਡੀ ਪਹਿਲੀ 6th ਕਲਾਸ ਜਿੱਥੇ ਬਬੀਤਾ ਮੈਡਮ ਸਾਰਾ ਯਾਦ ਹੈ A ਟੂ ਲੈ ਕੇ ਜ਼ੈਡ ਇਹ 7th ਹੈਗੀ ਸਾਡੀ ਹਾਂ 7th ਚੇਤੇ ਸੀਗੇ ਕੀ ਬਾਤ ਹੈ ਯਾਰ ਪਿਆ ਹੋਈ ਦਿਨੇ ਯਾਦ ਆ ਗਏ 8th ਚ ਪ੍ਰੈਕਟਿਸ ਸੀਗੇ 8ਵੀਂ ਕਲਾਸ ਇੱਥੇ ਹਾਂ 8ਵੀਂ ਕਲਾਸ 8ਵੀਂ ਐ ਸੀਗੀ 8ਵੀਂ B 8ਵੀਂ ਹਾਂ 8ਵੀਂ B ਉਹ 9ਵੀਂ ਸੀ 9ਵੀਂ ਸਾਹਮਣੇ ਸੀ ਸਾਡੀ ਹਾਂ ਲੈ ਪ੍ਰੀਓਡਿਕ ਚਾਰਟ ਆ ਗਿਆ ਆ ਗਿਆ ਸੀ ਸਾਡਾ ਸਾਇੰਸ ਲੈਬ ਸਾਇੰਸ ਲੈਬ ਇਹ ਪਿਆ ਹੋਇਆ ਉਹ ਰੱਖਿਆ ਹੋਇਆ ਸੀ ਨਾ ਇੱਥੇ ਪਿੰਜਰੇ ਆ ਕੀ ਸਕਲ ਸਕਲ ਸਕੈਲਟਨ ਇਹ 9ਵੀਂ B ਸੀ ਤੇ ਇਹ 9ਵੀਂ A ਸੀ ਮੈਂ ਆ ਕਲਾਸ ਸੀ ਸਕੈਲਟਨ ਉਹ ਤੈਨੂੰ ਯਾਦ ਹੈ ਜਦੋਂ ਮਨਜੀਤ ਮੈਂ ਆਪਾਂ ਇੱਥੇ ਬੈਠੇ ਸੀ ਜੋ ਮਤਲਬ ਐਂ ਹੱਥ ਮਰੋੜਿਆ ਹਾਂ ਮਨਜੀਤ ਮੈਡਮ ਮੇਰੇ ਬਸਤਾ ਤੇ ਮੁੱਕ ਕੇ ਸੀ ਅਸੀਂ ਨਾ ਮੈਂ ਅਸੀਂ ਤਾਂ ਦੋ ਹੱਮ ਮਾਰੀ ਨੇ ਮੈਂ ਹੱਥ ਮਰੋੜਤਾ ਸੀ ਮੈਡਮ ਇਹ ਕੀ ਕਹਿੰਦੀ ਕਹਿੰਦੀ ਇੱਧਰ ਆਓ ਕਹਿੰਦੀ ਐਲਾ ਮੇਰਾ ਹੱਥ ਮਰੋੜ ਮੈਂ ਕਹਿੰਦਾ ਨਹੀਂ ਮੈਂ ਕਹਿੰਦੀ ਮਰੋੜ ਉਹਨੇ ਕੋ ਆਇਆ ਭਾਈ ਸੋ ਲੱਗੇ ਕਿਸ ਵੀ ਗੱਲ ਹੈ ਬਸ ਸੰਜੂ ਨਹੀਂ ਆਇਆ ਅੱਖਾਂ 'ਚ ਬਾਕੀ ਮੈਡਮ ਨੇ ਮੈਡਮ ਕਹਿੰਦੇ ਹੱਥ ਮਰੋੜ ਇਹ ਕਹਿੰਦਾ ਨਹੀਂ ਮੈਡਮ ਇਹਨੇ ਜਦ ਕਿਹਾ ਨਹੀਂ ਮੈਡਮ ਦੇ ਡਾਟ ਕੋਲ ਤੇਰੇ ਰੱਖੀ ਸੀ ਨਾਲ ਮੈਂ ਤਾਂ ਹੱਥ ਮਰੋੜੀ ਆ ਨਹੀਂ ਇਹ 90 ਇਹ ਹਾਲ ਇਹ ਪੂਰਾ ਸਾਥੇ ਸਾਡੇ ਪੇਪਰ ਹੋਏ ਨੇ ਨਕਲਾਂ ਨਕਲਾਂ ਸਾਰੀਆਂ ਇੱਥੇ ਮਾਰੀਆਂ ਨੇ ਮੇਰਾ ਨਾਮ ਹੋਣਾ ਇੰਦੇਸ਼ ਮੇਰਾ ਚੂਤੀਆਂ ਨਹੀਂ ਕਿ ਨਹੀਂ ਹੋਇਆ ਉਹਦੇ ਤੇ ਹੱਥ ਲਿਖਿਆ ਹੋਇਆ ਆ ਸਾਰਾ ਹਾਲ ਹੀ ਆਪਣਾ 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 ਮਤਲਬ ਆਪਣਾ ਹੀ ਸੌ ਫੀਸਦੀ ਅਕਲ ਆ ਉਲਟਾ ਆਣਾ ਨਾ ਸੌ ਫੀਸਦੀ ਨਕਲ ਜ਼ੀਰੋ ਫੀਸਦੀ ਅਕਲ ਉਹਨੇ ਕਿੱਥੇ ਰਹਿੰਦਾ ਸੂਰਜ ਇਹਦੇ ਵਿੱਚੋਂ ਮੈਂ ਇੰਡੀਆ ਕਿੱਥੇ ਗਿਆ ਸਾਲਾ ਮੇਰਾ ਤਾਂ ਰੂਸ ਰਾਸ ਕੈਨੇਡਾ ਤੋਂ ਆਇਆ ਤੈਨੂੰ ਇੰਡੀਆ ਦੀ ਫਿਲਮ ਇਹ ਕਰੀ ਪਤਾ ਕੀ ਹੋਇਆ ਉਹ ਵਾਹ ਇਹ ਟੈਂਟ ਟੈਂਟ ਵੀ ਟੈਂਟ ਪਤਾ ਹਾਂ ਮੈਨੂੰ ਪਤਾ ਇਹ ਟੈਂਟ ਵੀ ਉਹ ਟੈਂਟ ਹੈ ਇਹਨ ਮਾਰੀ ਜਾਂਦਾ ਜੀ ਤਾਂ ਮੈਂ ਦੱਸਿਆ ਮੈਂ ਦੱਸਿਆ ਜਾਂਦਾ ਸੀਗਾ ਇੱਕ ਰੀ ਨਾ ਇਹ ਨਾ ਮੈਨੂੰ ਮਾਰ ਕੇ ਇਹ ਬਾਹਰ ਆਏ ਇੱਥੇ ਪੰਕਜ ਸਰ ਬਾਹਰ ਆ ਗਏ ਤੋਂ ਉਹਨੇ ਵੇਖਿਆ ਮੈਂ ਅੰਦਰ ਗਿਆ ਚਲਾ ਠੀਕ ਹੈ ਪਹਿਲੇ ਇਹਨੇ ਨਾ ਮੇਰੇ ਅੰਦਰ ਫਿਰ ਮਾਰੀ ਠੀਕ ਹੈ ਮੈਂ ਉਹਨੂੰ ਮਾਰਨ ਆਇਆ ਨਾ ਇਹ ਤਾਂ ਸਾਲਾ ਪਾਣੀ ਪੀਣ ਆ ਗਿਆ ਇੱਥੇ ਮੈਂ ਇੱਥੇ ਖੜਾ ਉਹ ਫਿਰ ਸਰ ਨੇ ਵੇਖ ਲਿਆ ਉਹ ਗਰਮੀ ਖਾ ਗਿਆ ਉਹ ਆਇਆ ਉਹਨੇ ਆ ਫੜਿਆ ਅਗਲੇ ਸਾਲ ਵੇਖਿਆ ਇੱਥੇ ਟੀਪੀ ਲਵਾਉਣੀ ਆ ਸਾਡਾ ਹੈਗਾ ਸੀ ਕੰਪਿਊਟਰ ਲੈਬ ਜਿੱਥੇ ਸਾਰਾ ਕਦੇ ਨੀ ਲੈ ਕੇ ਗਏ ਸਾਨੂੰ ਫੰਕਸ਼ਨ ਹੁੰਦੇ ਹੁੰਦੇ ਸੀ ਉਹ ਤੈਨੂੰ ਯਾਦ ਹੈ ਉਹ ਆਇਆ ਸੀ ਡਾਕੂ ਇੱਕ ਯਾਦ ਹੈ ਉਹ ਜਦੋਂ ਉਹਨੇ ਡਾਕੂ ਆਇਆ ਸੀ ਇੱਥੇ ਇੱਕ ਵਾਰੀ ਹਾਂ ਤੇ ਡਾਕੂ ਆਇਆ ਇੱਥੇ ਤੇ ਉਹਨੇ ਜਿਵੇਂ ਸਾਰਾ ਦੱਸਿਆ ਸੀ ਮੈਂ ਇੰਨੇ ਕਤਲ ਕੀਤੇ ਵਗੈਰਾ ਅਜਾ ਸਾਰੀ ਕਹਾਣੀ ਦੱਸੀ ਉਹਨਾਂ ਦੀ ਪੁਰਾਣੀ ਫੋਟੋ ਦਿਖਾਈ ਸੀ ਉਹਨੇ ਤਿੰਨ ਚਾਰ ਮੁੰਡੇ ਟੰਗੇ ਆਏ ਸੀ ਬਾਕੀ ਠੀਕ ਹੈ ਹੁਣ ਫੜਾ ਹਾਂ ਇਹਨਾਂ ਨੂੰ ਅੱਗੇ ਲੈ ਕੇ ਚੱਲਨੇ ਆ ਤੁਹਾਨੂੰ ਬਾਕੀ ਸਾਰਾ ਪੁਰਾਣੀ ਫੋਟੋ ਇਹ ਸਾਡੀ ਉੱਥੇ ਤੱਕ ਸੀ 10ਵੀਂ ਕਲਾਸ ਮਿੱਡੇ ਮੀਲ ਸਾਨੂੰ ਕਰੋ ਉੱਥੇ ਸਾਡਾ ਉੱਥੇ ਮਿਲਦਾ ਹੁੰਦਾ ਸੀ ਆਪਾਂ ਨੂੰ ਮਿੱਡੇ ਮੀਲ ਅਸੀਂ ਘਰੋਂ ਲਿਆਂਦੇ ਸੀ ਪਰ ਸਾਡੇ ਟਾਈਮ ਤੇ ਕਰੋ ਕਿ ਅਸੀਂ ਆਪ ਲਿਆਂਦੇ ਸੀਗੇ ਬਾਅਦ ਚੋਂ ਸਟਾਪ ਅੱਛਾ ਪਲੇਟਾਂ ਹਾਂ ਚ ਆ ਕੋਲੀਆਂ ਕੋਲੀਆਂ ਘਰੋਂ ਲਿਆ ਗਿਆ
ਬਾਹਰ ਤੱਕ ਤੁਹਾਨੂੰ ਦਿਖਾਵਾਂ ਕਿੱਥੇ ਤੱਕ ਜਾਂਦੇ ਹਾਂ ਅਸੀਂ ਖੇਡਦੇ ਕਿੱਥੇ ਸੀ ਅਸੀਂ ਨਾ ਸਵੇਰੇ 7 ਵਜੇ ਆ ਜਾਂਦੇ ਸੀ ਸਕੂਲ 8 ਵਜੇ ਸਵੇਰੇ 7 ਵਜੇ ਆ ਕੇ ਨਾ ਅਸੀਂ ਇੱਥੇ ਖੇਡਦੇ ਸੀ ਉਹ ਕੀ ਕਹਿੰਦੇ ਨੇ ਉਹਨੂੰ ਜੰਜੀਰ ਹਾਂ ਜੰਜੀਰ ਖੇਡਦੇ ਹੁੰਦੇ ਸੀ ਅਤੇ ਤੁਹਾਨੂੰ ਦਿਖਾਉਣਾ ਇਹ ਇੱਦੇ ਹੋਏਗੀ ਜਗ੍ਹਾ ਇਹ ਮੈਨੂੰ ਤਾਂ ਇਹ ਵੀ ਨਹੀਂ ਪਤਾ ਕੈਮਰੇ 'ਚ ਆਪਾਂ ਆ ਰਹੇ ਹਾਂ ਕਿ ਨਹੀਂ ਚੈੱਕ ਕਰ ਲਈਏ ਆਹ ਦੇਖੋ ਬੜਾ ਭੱਜੇ ਆ ਆ ਜਗ੍ਹਾ ਤੋਂ ਆ ਜਗ੍ਹਾ ਤੋਂ ਭੱਜ ਕੇ ਅਸੀਂ ਜਾਣਾ ਛੋਲੇ ਭਟੂਰੇ ਖਾਣ ਛੋਲੇ ਭਟੂਰੇ ਖਾ ਕੇ ਜਲਦੀ ਜਲਦੀ ਆਉਣਾ ਪੱਧੇ ਪੱਧੇ ਅੱਧੀ ਛੁੱਟੀ ਜਾਣਾ ਉੱਥੇ ਲੱਗਿਆ ਹੁੰਦਾ ਸੀ ਉਹ ਜਿਹੜਾ ਵੱਡਾ ਹਨੂੰਮਾਨ ਮੰਦਰ ਨੀ ਯਾਰ ਲੈ ਲਓ ਯਾਰ ਪੈਸੇ ਲੈ ਲਓ ਯਾਰ ਮੈਂ ਨਹੀਂ ਖੇਡਦਾ ਤੁਸੀਂ ਪੈਸੇ ਸਿੱਧਾ ਲੈ ਲਓ ਯਾਰ ਉਹਨਾਂ ਰੇ ਕਰੀ ਆਵੇ ਹੋਣਾ ਪਹਿਲਾਂ ਆਹ ਦੇਖੋ ਇੱਥੇ ਸਾਡੀ ਫੇਅਰਵੈਲ ਹੋਈ ਸੀ ਮੈਂ ਆਇਆ ਸੀ 10ਵੀਂ ਚ ਵੀ ਇੱਥੇ ਹੀ ਹੋਈ ਸੀ 12ਵੀਂ ਚ ਵੀ ਇੱਥੇ ਹੋਈ ਸੀ ਨਹੀਂ 9ਵੀਂ ਚ ਆਪਣੀ ਉੱਧੇ ਹੋਈ ਸੀ ਸੋ ਇੱਥੇ ਅਸੀਂ ਲੱਤਾਂ ਮਾਰਨੀਆਂ ਬੜੀਆਂ ਖੇਡੇ ਹਾਂ ਆਹ ਪਾਰਕ ਚ ਨਹੀਂ ਤੁਹਾਨੂੰ ਹੀ ਗਏ ਸੀ ਉਹ ਜਗ੍ਹਾ ਹੈਗੀ ਨਾ ਉੱਥੇ ਆਹ ਜਿਹੜੀ ਬਣੀ ਹੋਈ ਹੈ ਨਾ ਜਗ੍ਹਾ ਆਹ ਮੋਰਾ ਇੱਥੋਂ ਸੀ ਉਦੋਂ ਇੱਧਰ ਆਉਣ ਨਹੀਂ ਦਿੰਦੇ ਸੀ ਸਾਨੂੰ ਕਿਹੜਾ ਮੋਰਾ ਬਣਾ ਇਹ ਵਾਲਾ ਆਹ ਜਿਹੜੇ ਮੋਰੇ ਬਣੇ ਖਿੜਕੀ ਇੱਥੋਂ ਵੇਹਣੀਆਂ ਕੁੜ ਜਾਂਦੀਆਂ ਤਿਆਰ ਤਿਉਰ ਹੋ ਗਏ ਅਸੀਂ ਇੱਥੋਂ ਹੀ ਵੇਖਣਾ ਬਸ ਬਾਕੀ ਯਾਰ ਨਜ਼ਾਰੇ ਸੀ ਛੋਟੇ ਹੁੰਦੇ ਸਾਰਾ ਵੈ ਵੱਡੇ ਹੋ ਗਏ ਤਾਂ ਬਸ ਅਸੀਂ ਉਹ ਬੰਦੇ ਹੈਗੇ ਜਿਹਨੇ ਪੂਰੀ ਸਾਲ ਕਾਪੀ ਨਹੀਂ ਬਣਾਈ ਤਾਂ ਇੱਕ ਦਿਨ ਕਾਪੀ ਬਣਾਈ ਹੈ ਅਸੀਂ ਉਹ ਬੰਦੇ ਹੈਗੇ ਇੱਕ ਦਿਨ ਨਹੀਂ 3-4 ਦਿਨ ਸਾਨੂੰ ਬਾਹਰ ਕੱਢਤਾ ਸੀ ਸਰ ਨੇ ਮਤਲਬ ਉਹ ਬਣਾਈ ਨਹੀਂ ਨਾ ਤੱਕ ਕਾਪੀ ਨਹੀਂ ਨਾ ਬਣਾਉਂਦੇ ਸਕੂਲ ਨਾ ਵੜਿਆ ਇਹ ਸਾਡੇ ਅਸੀਂ ਪਹਿਲਾ ਲੈਕਚਰ ਲਾ ਗਏ ਅਟੈਂਡ ਸਾਡੀ ਲੱਗ ਜਾਣੀ ਦੂਜੇ ਲੈਕਚਰ ਚੱਲ ਸਕੂਲੋਂ ਬਾਹਰ ਪੂਰਾ ਦਿਨ ਪਾਰਕ ਦੇ ਸਾਰਾ ਦਿਨ ਪਲੇ ਗਰਾਊਂਡ ਉਹਦਾ ਸਾਰੇ ਕਮਰੇ ਢਾ ਦੇ ਵੇਖੀ ਉੱਥੋਂ ਹੂੰ ਸਾਰਾ ਖਾਲੀ ਕਰਤਾ ਵਧੀਆ ਹੱਥ ਮੱਠ ਹੁੰਦੇ ਸਾਲੇ ਬੀਪ ਕਰਦੀ ਬੀਪ ਕਰਦੀ ਆ ਇਹ ਸਾਡੀ ਪਲੱਸ 1 2 1 ਆ ਗਿਆ ਸੀ ਸਾਡਾ ਟੀਚਰਸ ਦਾ ਰੂਮ ਤੇ ਆ ਆ ਪਲੱਸ 1 ਸੀ ਇੱਥੇ ਮੈਂ ਪੜਿਆ ਆ ਪਲੱਸ 1 ਬੀ ਸੀ ਇਹ ਬੀ ਹਾਂ ਆਪਣੀ ਇਹ ਉਹ ਸੀ ਤੂੰ ਇੱਧਰ ਪੜਦਾ ਸੀ ਪਲੱਸ 1 ਆਪਣੀ ਇਕੱਠੀ ਸੀ ਯਾਰ ਪਲੱਸ 2 ਚ ਆਪਣਾ ਹਾਂ ਪਲੱਸ 2 ਚ ਦੋ ਸੈਕਸ਼ਨ ਬਣੇ ਸੀ ਆ ਸਾਡੀ ਆ ਪਲੱਸ 1 ਸੀ ਹਾਂ ਉਹ ਸੀ ਪਲੱਸ 1 ਆਪਣੀ ਆ ਬੰਦੇ ਨਹੀਂ ਸੀ ਆ ਪਲੱਸ 1 ਏ ਤੇ ਉਹ ਪਲੱਸ 1 ਬੀ ਇਹਦੇ ਚ ਮੈਂ ਪੜਦਾ ਹੁੰਦਾ ਸੀ ਹਾਂ ਉਧਰ ਮੈਂ ਆਪਾਂ ਬੀ ਚ ਗਏ ਸੀ ਨਾ ਹਾਂ ਆਪਾਂ ਇੱਥੇ ਬੀ ਸੈਕਸ਼ਨ ਬੀ ਐਸ ਸੀ ਇਹ ਵੀ ਵਧੀਆ ਬੀ ਵਧੀਆ ਸੀ ਇਹ ਵਾਲੇ ਚੂਤੀ ਹੈਗੇ ਸਾਰੇ ਆ ਇੱਥੇ ਇੱਥੇ ਪੜੇ ਆ ਇਹ ਸਾਡੇ ਇਹ ਕਿਹੜੇ ਸੀਗੇ 8 ਸਾਲੇ ਸੀਗੇ ਸੋ ਆ ਸਾਡੇ ਕੀ ਸੀ ਲਾਸਟ ਕਲਾਸ ਤੇ ਇੰਟਰ 8 ਸਾਲੇ ਪਿੱਛੇ ਇਹਨਾਂ ਦੇ ਹੱਥੇ ਕੁਝ ਨਹੀਂ ਲੱਗਿਆ ਨਹੀਂ ਇੰਟਰ 8 ਦੀ ਗੱਲ ਨਹੀਂ ਪਤਾ ਕੀ ਇਹ ਸੈਕਸ਼ਨ ਬਣੇ ਸੀ ਮੈਂ ਨਾ ਹਮੇਸ਼ਾ ਲੇਟ ਆਉਂਦਾ ਸੀ ਜਦੋਂ ਇਹਨਾਂ ਨੇ ਆਉਣਾ ਨਾ ਕੀ ਕਹਿੰਦੇ ਨੇ ਯੋ ਪਲੱਸ 1 2 ਚ ਯੋਰ ਆ ਤੇਨ ਕੇ ਤਰ੍ਹਾਂ ਨੇ ਮੈਨੂੰ ਲੈਣ ਮੈਂ ਇਹ ਜਦੋਂ ਮੇਰੇ ਘਰੇ ਆਉਂਦੇ ਤਿਆਰ ਹੋ ਕੇ ਹਾਂ ਉਦੋਂ ਮੈਂ ਉੱਠਣਾ ਤਿਆਰ ਤੇ ਰੋਣਾ ਇਹਨਾਂ ਨੇ ਕਹਿਣਾ ਜਾਓ ਪ੍ਰੈਸ ਕਰਾ ਕੇ ਲਿਆਓ ਅਸੀਂ ਡੇਲੀ ਡੇਲੀ ਆਉਣਾ ਅਤੇ ਪ੍ਰਾਰਥਨਾ ਹੋ ਗਈ ਹੁੰਦੀ ਸੀ ਇੱਥੇ ਖੜਾ ਕਰਦੇ ਸੀ ਸਾਨੂੰ ਅਤੇ ਡੇਲੀ ਪੈਣੀ ਆ ਡੇਲੀ
ਫਿਰ ਇੱਕ ਦਿਨ ਨਾ ਡੀਪੀ ਸਰ ਵੀ ਆ ਗਿਆ, ਕਹਿੰਦਾ ਯਾਰ ਇੱਟਾ ਰੱਖ ਦੋ ਉੱਥੇ ਚੱਕ ਕੇ ਤੁਹਾਨੂੰ ਮਾਰ ਮਾਰ ਕੇ ਆ ਵੀ ਹਾਂ ਇੱਥੇ ਪ੍ਰਾਰਥਨਾ ਹੁੰਦੀ ਸੀ। ਚਲੋ ਬਾਕੀ ਵਧੀਆ ਸੀ।